ਜ਼ਿੰਦਗੀ 'ਚ ਹਾਂ ਵੀ ਪੈਸਾ ਬਹੁਤ ਆ ਠੀਕ ਆ ਦਾਦੇ ਨੇ ਮਿਹਰ ਕੀਤੀ ਤੇ ਇੱਦਾਂ ਹੀ ਰਹਿਣਾ ਆਪਾਂ ਠੀਕ ਹੈ ਦੇਖੋ ਨਾ ਜਿਵੇਂ ਅੰਗੜਾ ਰੁਕਾ ਉਹ ਗਨਮੈਨ ਉਹ ਤਾਂ ਕਮਾਂਡੋ ਲੇੜੇ ਲੱਗਣ ਦੇ ਬਸ ਥੋੜਾ ਚਾਟਾ ਕੀ ਸੀ ਉਹ ਤਾਂ ਰੋਕੀ ਜਾ ਰਿਹਾ ਆਪਾਂ ਹੀ ਰਹਿਣਾ ਮੈਂ ਤੁਹਾਡੇ ਵਰਗਾ ਹੀ ਆ ਕੋਈ ਐਮ ਐਲ ਏ ਨਹੀਂ ਬਣਿਆ ਆਪਾਂ ਇੱਕ ਸੇਵਾਦਾਰ ਵਰਕਰ ਬਣਿਆ ਕੰਮ ਕਰਨ ਲਿਆ ਪਿੰਡਾਂ 'ਚ ਵਧੀਆ ਇੱਕ ਵਾਰੀ ਫੇਰ ਕਹਿੰਦਾ ਹੱਥ ਜੋੜ ਕੇ ਜਿਹੜਾ ਕੋਈ ਨਸ਼ਾ ਪੱਤਾ ਵੇਚਦਾ ਗੁਰੂ ਘਰ ਜਾ ਕੇ ਅਨਾਊਂਸਮੈਂਟ ਕਰ ਦਿਓ ਬਾਰਿਕ ਦੇ ਦਿਓ ਆਪਾਂ ਬਖਸ਼ਣਾ ਨਹੀਂ ਆਪਣਾ ਹੋਵੇ ਤਾਂ ਵੀ ਨਹੀਂ ਬਖਸ਼ਣਾ ਹਾਂ ਤੇ ਨਾਲ ਦੀ ਨਾਮ ਦਿਓ ਤੇ ਪਰਚਾ ਕਰਾ ਕੇ ਜੇਲ੍ਹ 'ਚ ਪਿੰਡਾਂ 'ਚ ਆ ਕੇ ਨਾਲ ਆਇਆ ਕਰਨਗੇ ਅਫਸਰ ਜਿਹੜੇ ਤਿੰਨ ਚਾਰ ਪਿੰਡ ਦੇ ਇਕੱਠੇ ਇਕੱਠ ਕਰਕੇ ਨਾਲ ਅਫਸਰ ਆਇਆ ਕਰਨਗੇ ਉੱਥੇ ਬੈਠ ਕੇ ਕੰਮ ਹੋਏਗਾ ਜਿਹੜਾ ਬੰਦਾ ਕੋਈ ਉੱਥੋਂ ਦਫ਼ਤਰ 'ਚ ਪੈਸੇ ਮੰਗਦਾ ਨਾਲ ਜਿਹੜਾ ਦੱਸਿਆ ਕਿਸੇ ਨੂੰ ਪੱਚੀ ਨਹੀਂ ਦੇਣੀ ਤਹਿਸੀਲਦਾਰ ਛੁੱਟੀ 'ਤੇ ਗਿਆ ਸੀ ਕੱਲਾ ਉਹਨੂੰ ਬੁਲਾ ਲਿਆ ਮੈਂ ਕਿਹਾ ਜਿਹੜੀਆਂ ਰਜਿਸਟਰੀਆਂ ਰੁਸਟੀਆਂ ਜੇ ਕਿਸੇ ਨੇ ਲਾਂਭਾ ਕੇ ਦੇਖ ਲਓ ਸਾਡੇ ਦਰਬਾਰੇ ਮੁਰਸ਼ੀ ਪਟਵਾਰੀ ਬਿਜਲੀ ਵਾਲੇ ਕੋਈ ਵੀ ਆ ਇੱਕ ਸਹਿਯੋਗ ਦੇਣਾ ਆਪਾਂ ਕਿਉਂਕਿ ਆਪਾਂ ਨੂੰ ਪੰਜਾਬ ਵਿੱਚ ਕ੍ਰਾਂਤੀ ਲਿਆਦੀ ਹੈ ਨਵੇਂ ਪੰਜਾਬੀਆਂ ਨੇ ਬਹੁਤ ਵੱਡਾ ਆਪਾਂ ਨੂੰ ਜਿਹੜਾ ਇੰਨੀ ਜਿੱਤ ਦਵਾਈ ਹੈ ਨਾ ਇਹ ਜਿੱਤ ਸਲਾਮ ਆ ਸਾਡੇ ਪੰਜਾਬੀਆਂ ਨੂੰ ਆਜ਼ਾਦੀ ਮਿਲੀ ਆਪਾਂ ਨੂੰ ਪਰ ਇਹਦੇ 'ਚ ਇਹ ਹੁਣ ਹੱਥ ਬੰਨ ਕੇ ਬੇਨਤੀ ਆ ਇਹ ਵੀ ਨਾ ਕਹਿਣਾ ਕਰੋ ਯਾਰ ਕੰਮ ਹੁੰਦਾ ਨਹੀਂ ਪੈਸੇ ਦੇ ਦੀ ਆਪਣੇ ਵੀ ਕਸੂਰ ਕਈ ਕੰਮ ਇੱਦਾਂ ਦੇ ਹੁੰਦੇ ਜਿਹੜੇ ਕਿ ਦੋ ਦਿਨਾਂ 'ਚ ਤਿੰਨ ਦਿਨਾਂ 'ਚ ਹੋਣ ਵਾਲੇ ਹੁੰਦੇ ਆ ਉਹੀ ਕੰਮ ਜਿਹੜਾ ਆਪਾਂ ਕਹਿੰਦੇ ਕੀੜੇ ਲੱਗਣਗੇ ਤੇ ਉਹ ਪੈਸੇ ਛੇਤੀ ਹੋ ਜੇ ਆਪਾਂ ਜ਼ਿੰਮੇਵਾਰ ਆਪਾਂ ਇਹ ਵੀ ਇਹ ਤੋਂ ਬਚਣਾ ਆਪਾਂ ਪੈਸੇ ਨਹੀਂ ਦੇਣੇ ਠੀਕ ਹੈ ਨਾ ਆਪਣੀ ਗਲਤੀ ਆਪਾਂ ਸੁਧਾਰਨੀ ਆ ਤਾਂ ਜਿਹੜਾ ਤੁਹਾਨੂੰ ਮੰਗਦਾ ਪੈਸੇ ਜਾਂ ਤੁਹਾਨੂੰ ਕਹਿੰਦੇ ਵੀ ਪੈਸੇ ਬੜਾ ਕੰਮ ਨਹੀਂ ਕਰਦਾ ਮੈਨੂੰ ਦੱਸੋ ਠੀਕ ਹੈ ਮੈਨੂੰ ਦੱਸੋ ਪੈਸੇ ਬੜਾ ਕਿਵੇਂ ਨਹੀਂ ਕੰਮ ਕਰਦਾ ਜੇ ਆਪਾਂ ਗਲਤ ਹੋਵਾਂਗੇ ਮਾੜੀ ਗੱਲ ਠੀਕ ਹੈ ਜੀ ਮਿਹਰਬਾਨੀ।